ਸਤਾ ਹੈਗਾ ਔਰ ਬਾਹਰ ਦੇ ਮੁਲਕ ਦੇ ਵੀ ਜਵਾਰੀ ਇੱਥੇ ਕਾਰੀਗਰਾਂ ਤੋਂ ਕੰਮ ਕਰਾਉਂਦੇ ਹੈ ਔਰ ਮੇਰਾ ਖਿਆਲ ਹੈ 50,000 ਕਾਰੀਗਰ ਨੇ ਜਿਹੜੇ ਹੁਣ ਭੁੱਖੇ ਰਹਿ ਗਏ ਹੈ ਇਹ ਬਹੁਤ ਤਕਲੀਫ ਵਾਲੀ ਵਾਲੀ ਗੱਲ ਹੈ ਸਾਡੀ ਪਾਰਟੀ ਨੂੰ ਜਿਹੜਾ ਕਾਰੀਗਰ ਹੈ ਉਸ ਨੂੰ ਮਾਰ ਦੇਣਾ ਕਿਸੇ ਜਿੱਤ ਦੇ ਵਿੱਚ ਇਹ ਜਿਹੜਾ ਜੇਟਲੀ ਸਾਹਿਬ ਹੈ ਅਤੇ ਮੋਦੀ ਸਾਹਿਬ ਹੈ ਇਹਨਾਂ ਨੂੰ ਕਿਸੇ 'ਤੇ ਤਰਸ ਨਹੀਂ ਹੈ ਮੋਦੀ ਦਾ ਰਸਤਾ ਪ੍ਰਾਈਮ ਮਿਨਿਸਟਰ ਤੱਕ ਹੋਰ ਦੀਆਂ ਨਦੀਆਂ ਵਹਾ ਕੇ ਉਹਦੇ ਵਿੱਚੋਂ ਨਿਕਲਿਆ ਹੈ ਇਸ ਕਰਕੇ ਜਿਹੜਾ ਕਰਪਟ ਰਵੱਈਆ ਹੈ ਇਸ ਨੂੰ ਢਿੱਲਾ ਕਰਨਾ ਚਾਹੀਦਾ ਜਿਹੜੇ ਕਾਰੀਗਰ ਹੈ ਉਹ ਜਿਹੜੇ ਵਿਹਲੇ ਹੈ ਇਸੇ ਕਰਕੇ ਜੋ ਕਰਕੇ ਜਵਾਰੀ ਹੜਤਾਲ ਦੇ ਉੱਤੇ ਹੈ ਔਰ ਸਾਡੀ ਕਾਰੀਗਰੀ ਨੂੰ ਵੀ ਬਹੁਤ ਭਾਰੀ ਨੁਕਸਾਨ ਹੋ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਈਸਟ ਇੰਡੀਆ ਕੰਪਨੀ ਇੱਥੇ ਆਈ ਸੀ ਅਤੇ ਬੰਗਾਲ ਦੇ ਵਿੱਚ ਸਭ ਤੋਂ ਵਧੀਆ ਮਲਮਲ ਬਣਿਆ ਕਰਦੀ ਸੀਗੀ ਅਤੇ ਈਸਟ ਇੰਡੀਆ ਕੰਪਨੀ ਨੇ ਉਹ ਜਿਹੜੇ ਮਲਮਲ ਨੂੰ ਕੱਤਦੇ ਸੀਗੇ ਉਹਨਾਂ ਦੇ ਹੱਥ ਵੱਢਦੇ ਸੀਗੇ ਕਿ ਇਹ ਕੱਪੜਾ ਨਾ ਬਣਾਉਣ ਸਕਣ ਅਤੇ ਕੱਪੜਾ ਸਾਰਾ ਵਿਲਾਇਤ ਦੇ ਵਿੱਚ ਬਣਿਆ ਜਾਵੇ ਇਹੀ ਪੋਲਿਸੀ ਦੇ ਉੱਤੇ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਆਪਣੀ ਕਾਰੀਗਰੀ ਅਤੇ ਜਵਾਰੀਆਂ ਨੂੰ ਤੰਗ ਕਰਕੇ ਇਹ ਜੇਟਲੀ ਅਤੇ ਮੋਦੀ ਨੂੰ ਕੀ ਫਾਇਦਾ ਹੋਊਗਾ ਅੱਜ ਦੇ ਜ਼ਮਾਨੇ ਦੇ ਵਿੱਚ ਫਰੀ ਟ੍ਰੇਡ ਦਾ ਜ਼ਮਾਨਾ ਹੈ ਔਰ ਇੰਡੀਆ ਦੇ ਕੋਲ ਸਿਰਫ ਕਾਰੀਗਰੀ ਹੈ ਜਿਹਦੇ ਨਾਲ ਸਾਨੂੰ ਫੋਰਨ ਤੋਂ ਪੈਸਾ ਬਹੁਤ ਆ ਰਿਹਾ ਅਤੇ ਆਊਗਾ ਹੋਲੈਂਡ ਦੇ ਐਮਸਟਰਡੈਮ ਦੇ ਵਿੱਚ ਜਾਂ ਨਿਊਯਾਰਕ ਦੇ ਵਿੱਚ ਕਾਰੀਗਰੀ ਬਹੁਤ ਮਹਿੰਗੀ ਹੋ ਗਈ ਹੈ ਮੈਂ ਆਸ ਕਰਦਾ ਕਿ ਮੋਦੀ ਅਤੇ ਉਹਦੀ ਵਜ਼ਾਰਤ ਨੂੰ ਥੋੜ੍ਹੀ ਬਹੁਤੀ ਦਇਆ ਹੋਊਗੀ ਕਿ ਇਸ ਕੰਮ ਨੂੰ ਜਿਹੜੀ ਮੁਰਗੀ ਸੋਨੇ ਦਾ ਅੰਡਾ ਦਿੰਦੀ ਹੈ ਇਸ ਨੂੰ ਪੂਰਾ ਮਾਰ ਕੇ ਤੁਸੀਂ ਇੰਡੀਆ ਦੀ ਇੱਕ ਇੰਡਸਟਰੀ ਨੂੰ ਇੱਕ ਕੋਟੇਜ ਇੰਡਸਟਰੀ ਨੂੰ ਖਤਮ ਕਰ ਰਹੇ ਹੋ ਮੈਂ ਸਮਝਦਾ ਸੀ ਬੀਜੇਪੀ ਵਾਲੇ ਸਿਆਣੇ ਹੈ ਇਹਨਾਂ ਨੂੰ ਟ੍ਰੇਡ ਇੰਡਸਟਰੀ ਦਾ ਸਾਡੇ ਨਾਲੋਂ ਜ਼ਿਆਦਾ ਪਤਾ ਪਰ ਜਿਹੜੀਆਂ ਗੱਲਾਂ ਮੈਂ ਕਰ ਰਿਹਾ ਮੈਂ ਸਮਝਦਾ ਅਸੀਂ ਅਡਾਰੀ ਇਸ ਨੂੰ ਜ਼ਿਆਦਾ ਸਮਝਦੇ ਹਾਂ ਨਾ ਕਿ ਮੋਦੀ ਅਤੇ ਬੀਜੇਪੀ ਪਾਰਟੀ ਇਹਦੇ ਵਿੱਚ ਸਾਡੇ ਸੂਬੇ ਦੇ ਗਵਰਨਰ ਨੂੰ ਵੀ ਜੋ ਕਰਕੇ ਉਹ ਬੀਜੇਪੀ ਦੇ ਹੈ ਬਾਦਲ ਸਾਹਿਬ ਨੂੰ ਵੀ ਇਹਦੇ ਵਿੱਚ ਦਿਲਚਸਪੀ ਲੈ ਕੇ ਖਾਸ ਕਰਕੇ ਇਸ ਇਲਾਕੇ ਦੇ ਐਮ ਪੀ ਬੀ ਪੀ ਹਰਸਿਮਰਤ ਕੌਰ ਨੂੰ ਇਸ ਸਟ੍ਰਾਈਕ ਖਤਮ ਕਰਾਉਣ ਦੇ ਲਈ ਐਕਸਾਈਜ਼ ਡਿਊਟੀ ਦੇ ਉੱਤੇ ਕੋਈ ਪੋਲਿਸੀ ਬਣਾਉਣ ਦੇ ਲਈ ਜਲਦੀ ਤੋਂ ਜਲਦੀ ਫੈਸਲਾ ਕਰਨਾ ਪਊਗਾ ਮੈਂ ਆਸ ਕਰਦਾ ਕਿ ਇਹਨੂੰ ਲੰਬਾ ਨਾ ਪਾਵੇ ਗੌਰਮੈਂਟ ਅਤੇ ਇਹਨਾਂ ਦਾ ਫੈਸਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ